ਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਹਾਂ। ਇਸ ਦਾ ਨਾਮ ਹੈ ਠੰਡਾ ਬੁਰਜ ਸਾਹਿਬ। 6 ਪੌ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਉਸ ਟਾਈਮ ਜਿਹੜਾ ਠੰਡਾ ਬੁਰਜ ਹੁੰਦਾ ਸੀ ਉਹ ਓਪਨ ਹੁੰਦਾ ਸੀ। ਸਾਹਿਬਜ਼ਾਦਿਆਂ ਕੋਲ ਉਸ ਟਾਈਮ ਕੋਈ ਵਸਤਰ ਨਹੀਂ ਸੀ ਕਿ 7 ਸਾਲ ਦੀ ਉਮਰ ਅਤੇ 9 ਸਾਲ ਦੀ ਉਮਰ 'ਚ ਇੰਨੀ ਡਰੇਰੀ ਇੰਨੇ ਨਿਡਰ ਹੌਂਸਲੇ ਵਾਲੇ ਜਿਹੜੇ ਸਾਹਿਬਜ਼ਾਦੇ ਸਨ ਗੁਰੂ ਕਿ ਵਜ਼ੀਰ ਖਾਨ ਤੂੰ ਸਾਡਾ ਸਿਰ ਤਾਂ ਕਲਮ ਕਰ ਸਕਦਾ ਤੁਹਾਡੇ ਨਾਲੋਂ ਪਰ ਸਾਨੂੰ ਈਦ ਨਹੀਂ ਮਨਾ ਸਕਦਾ। 1 ਮਹੀਨਾ ਜਿਹੜਾ ਪੋਹ ਦਾ ਮਹੀਨਾ ਆਪਣਾ ਸਾਰਾ ਸਰਬੰਸ ਗੁਰੂ ਗੋਬਿੰਦ ਨੇ ਵਾਰ ਦਿਆ ਇਹਨ ਉਹਨਾਂ ਨੂੰ ਸੱਚੀ ਸੱਚੀ ਸ਼ਰਧਾਂਜਲੀ ਦੇਣ ਆਉਂਦੀਆਂ ਹਨ ਗੁਰੂ ਪਿਆਰੀ ਸਾਹਿਬ। 1 ਪੋਹ ਦੇ ਮਹੀਨੇ 'ਚ ਕੋਈ ਵੀ ਵਿਆਹ ਸ਼ਾਦੀ ਨਹੀਂ ਕਰਦੇ। ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿਖੇ ਮੌਜੂਦ ਹਾਂ ਜਿੱਥੇ ਕਿ ਸ਼ਹੀਦੀ ਜੋੜ ਮੇਲ ਜਿਹੜਾ ਮਨਾਇਆ ਜਾ ਰਿਹਾ ਠੰਡਾ ਬੁਰਜ, ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਜਿਹੜਾ ਠੰਡੇ ਬੁਰਜ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ। ਤੁਹਾਨੂੰ ਉਸ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ। ਸੋ ਅਸੀਂ ਗੱਲਬਾਤ ਕਰਾਂਗੇ ਇੱਥੇ ਜਿਹੜੇ ਗ੍ਰੰਥੀ ਸਿੰਘ ਨੇ ਜਿਹੜੇ ਵਿਸ਼ੇਸ਼ ਤੌਰ 'ਤੇ ਉਰੇ ਸੇਵਾ ਨਿਭਾਉਂਦੇ ਨੇ, ਉਹਨਾਂ ਨਾਲ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਿਸ ਸਥਾਨ 'ਤੇ ਆਪਾਂ ਦਰਸ਼ਨ ਕਰ ਰਹੇ ਹਾਂ ਇਸ ਦਾ ਨਾਮ ਹੈ ਠੰਡਾ ਬੁਰਜ ਸਾਹਿਬ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਕਹਿੰਦੇ ਹਨ ਕਿ ਜਦੋਂ 3 ਮਹੀਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਹਾ ਅਤੇ ਜਿਹੜਾ ਰਸਤਾ ਵਸਤਾ ਅੰਦਰ ਜਾਣੀਆਂ ਪਹਾੜੀ ਫੌਜਾਂ ਨੇ ਬੰਦ ਕਰਦੀਆਂ, ਸਿੰਘ ਭੁੱਖੇ ਭਾਣੇ ਵੀ ਰਹੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਉਸ ਤੋਂ ਉਪਰੰਤ ਜਦੋਂ ਪਹਾੜੀ ਫੌਜਾਂ ਦੀ ਕੋਈ ਵਾਹ ਨਾ ਚੱਲੀ ਤਾਂ ਉਹਨਾਂ ਨੇ ਇੱਕ ਵਿਉਤ ਬਣਾਈ। ਔਰੰਗਜ਼ੇਬ ਨੇ ਕੁਰਾਨ ਦੀ ਖਸਮ ਖਾ ਕੇ ਗੁਰੂ ਗੋਬਿੰਦ ਸਿੰਘ ਕਿਹਾ ਤੁਸੀਂ ਕਿਲ੍ਹਾ ਛੱਡ ਦਿਓ, ਤੁਹਾਨੂੰ ਕੁਝ ਨਹੀਂ ਆਖਿਆ ਜਾਏਗਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, 6 ਪੌ ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਅਤੇ ਪਿੱਛੇ ਹੀ ਉਸਦੇ ਪਹਾੜੀ ਫੌਜਾਂ ਲੱਗ ਲਈਆਂ। ਕਹਿੰਦੇ ਹਨ ਕਿ ਜਿਹੜਾ ਵਿਛੋੜਾ ਸਾਹਿਬ ਹੈ ਗੁਰਦੁਆਰਾ ਸਾਹਿਬ, ਉੱਥੇ ਭਾਰੀ ਜੰਗ ਹੋਇਆ, ਸਰਸਾ ਨਦੀ ਬਹੁਤ ਚੜ੍ਹੀ ਹੋਈ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪਰਿਵਾਰ 3 ਹਿੱਸਿਆਂ 'ਚ ਵੰਡ ਗਿਆ। ਧੰਨ ਮਾਤਾ ਸੁੰਦਰ ਕੌਰ ਜੀ, ਧੰਨ ਮਾਤਾ ਸਾਹਿਬ ਦੇਵਾ ਜੀ, ਧੰਨ ਭਾਈ ਮਨੀ ਸਿੰਘ ਜੀ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ, ਅਤੇ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਅਤੇ 40 ਸਿੰਘ ਚਮਕੌਰ ਸਾਹਿਬ ਗੜ੍ਹੀ ਵੱਲ ਨੂੰ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਅਤੇ ਪੂਜਨਿਕ ਮਾਤਾ ਗੁਜਰ ਕੌਰ ਜੀ ਜਿਹੜੀ ਸਿਹੜੀ ਪਿੰਡ ਗੰਗੂ ਬਾਹਮਣ ਦੇ ਪਿੰਡ ਵੱਲ ਨੂੰ ਚਾਲੇ ਪਾ ਦਿੱਤੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਕਹਿੰਦੇ ਹਨ ਕਿ ਜਦੋਂ ਹਨੇਰਾ ਪੈ ਗਿਆ 7 ਪੋਹ ਨੂੰ, ਜੋ ਇੱਕ ਛੰਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਜਿਸ ਵਿੱਚ ਚਾਨਣਾ ਦਿਖਦਾ ਸੀ, ਮਾਤਾ ਗੁਜਰ ਕੌਰ ਅਤੇ ਬੱਚੇ ਉਸ ਛੰਨ ਕੋਲ ਪਹੁੰਚੇ ਜਿੱਥੇ ਕੁੰਮੂ ਮਾਸਕੀ ਨਾਮ ਦਾ ਇੱਕ ਭਗਤ ਰਹਿੰਦਾ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਿਹੜੀ ਪਹਿਲੀ ਰਾਤ ਹੈ ਉਸ ਛੰਨ ਵਿੱਚ ਸਾਹਿਬਜ਼ਾਦਿਆਂ ਨੇ ਕੱਟੀ ਅਤੇ ਲਕਸ਼ਮੀ ਬਾਈ ਨਾਂ ਦੀ ਔਰਤ ਨੇ ਜੋ ਰੁੱਖਾ ਸੁੱਖਾ ਭੋਜਨ ਹੈ ਉਹਨਾਂ ਨੂੰ ਚੁਕਾਇਆ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਫਿਰ ਉਹ ਫਿਰ ਸਵੇਰ ਹੋਈ ਜਦੋਂ ਚਾਲੇ ਪਾ ਦਿੱਤੇ, 8 ਪੋਹ ਨੂੰ ਉਹਨਾਂ ਨੂੰ ਗੰਗੂ ਬ੍ਰਾਹਮਣ ਜੋ ਗੁਰੂ ਘਰ ਦਾ ਸੋਈਆ ਰਿਹਾ ਹੈ ਉਹ ਮਿਲਿਆ। ਜੰਗਲ 'ਚ ਜਾ ਕੇ ਮਾਤਾ ਨੂੰ ਫਤਿਹ ਗਜਾਈ, ਸਾਹਿਬਜ਼ਾਦਿਆਂ ਨੂੰ ਮਿਲੇ, ਕਹਿਣ ਲੱਗੇ ਮਾਤਾ ਜੀ ਤੁਸੀਂ ਜੰਗਲਾਂ 'ਚ ਕਹਿੰਦੇ ਇਵੇਂ ਸਾਰਾ ਪਰਿਵਾਰ ਦਾ ਵਿਛੋੜਾ ਪੈ ਗਿਆ। ਗੰਗੂ ਬ੍ਰਾਹਮਣ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਾਤਾ ਜੀ ਜਦੋਂ ਤੱਕ ਮਾਹੌਲ ਸਹੀ ਨਹੀਂ ਹੋ ਜਾਂਦਾ ਤੁਸੀਂ ਮੇਰੇ ਘਰ ਰਹੋ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਬੱਚਿਆਂ ਅਤੇ ਮਾਤਾ ਨੂੰ ਲੈ ਗਿਆ, ਉੱਥੇ ਜਾ ਕੇ ਉਹਨਾਂ ਦੀ ਸੇਵਾ ਕੀਤੀ, ਲੰਗਰ ਪਾਣੀ ਪ੍ਰਸ਼ਾਦਾ ਤਿਆਰ ਕੀਤਾ ਅਤੇ ਬਿਸਤਰ ਲਾ ਦਿੱਤੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਾਹਿਬਜ਼ਾਦਿਆਂ ਨੇ ਪ੍ਰਸ਼ਾਦਾ ਛਕਿਆ ਮਾਤਾ ਜੀ ਨੇ ਅਤੇ ਰਹਿਰਾ ਸਾਹਿਬ ਦਾ ਪਾਠ ਕੀਤਾ ਅਤੇ ਵਿਸ਼ਰਾਮ ਕਰਨ ਲੱਗ ਗਏ। ਜਦੋਂ ਰਾਤ ਹੋ ਗਈ ਤਾਂ ਗੰਗੂ ਬ੍ਰਾਹਮਣ ਨੇ ਇੱਕ ਪੋਟਲੀ ਸੀ ਮਾਤਾ ਜੀ ਕੋਲ ਮੋਹਰਾਂ ਦੀ ਭਰੀ ਹੋਈ, ਕਹਿੰਦੇ ਉਹ ਵੀ ਚਰਾ ਲਿੱਤੀ ਅਤੇ ਜਾ ਕੇ ਮਰਿੰਡੇ ਦੇ ਕੋਤਵਾਲ ਨੂੰ ਸੂਝ ਹੀ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਮੇਰੇ ਕੋਲ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਉਹਨਾਂ ਨੂੰ ਕੋਤਵਾਲ ਦੇ ਮਰਿੰਡੇ ਕੋਲ 9 ਪੋਹ ਨੂੰ ਜੈਲ 'ਚ ਕੱਟਣੀ ਪਈ ਸਾਹਿਬਜ਼ਾਦਿਆਂ ਅਤੇ ਮਾਤਾ ਨੂੰ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, 10 ਪੋਹ ਨੂੰ ਜਿੱਥੇ ਆਪਾਂ ਜਿਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ, ਠੰਡਾ ਬੁਰਜ ਸਾਹਿਬ 140 ਫੁੱਟ ਉੱਚਾ ਅਤੇ ਨਾਲ ਹੀ ਹੰਸਲਾ ਨਦੀ ਚੱਲਦੀ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਉਸ ਟਾਈਮ ਜਿਹੜਾ ਠੰਡਾ ਬੁਰਜ ਹੁੰਦਾ ਸੀ ਉਹ ਓਪਨ ਹੁੰਦਾ ਸੀ। ਸਾਹਿਬਜ਼ਾਦਿਆਂ ਕੋਲ ਉਸ ਟਾਈਮ ਕੋਈ ਵਸਤਰ ਨਹੀਂ ਸੀ। ਜਿਹੜਾ ਵਜ਼ੀਰ ਖਾਨ ਹੈ ਉਸਨੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਸਤੇ ਇਸ ਠੰਡੇ ਬੁਰਜ 'ਚ ਕੈਦ ਰੱਖਿਆ ਗਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹ ਵੀ ਪੋਹ ਦਾ ਮਹੀਨਾ ਸੀ, 10 ਪੋਹ ਨੂੰ ਸਾਹਿਬਜ਼ਾਦੇ ਇਸ ਠੰਡੇ ਬੁਰਜ ਵਿੱਚ ਪਹੁੰਚਦੇ ਹਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, 11 ਪੋਹ ਨੂੰ ਸਾਹਮਣੇ ਜਿਹੜਾ ਦਰਬਾਰ ਸਾਹਿਬ ਮੇਨ ਬਣਿਆ ਹੈ ਉੱਥੇ ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ ਅਤੇ ਜਿਹੜਾ ਵੱਡਾ ਵਜ਼ੀਰ ਖਾਨ ਦਾ ਦਰਵਾਜ਼ਾ ਹੁੰਦਾ ਹੈ ਕਚਹਿਰੀ ਦਾ ਉਹ ਬੰਦ ਕਰ ਦਿੱਤਾ ਜਾਂਦਾ ਹੈ। ਕਹਿੰਦੇ ਇੱਕ ਛੋਟੀ ਤਾਕੀ ਜਿਹੜੀ ਖੋਲ੍ਹ ਦਿੱਤੀ ਜਾਂਦੀ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ,
ਜਦੋਂ ਸਾਹਿਬਜ਼ਾਦੇ ਐਂਟਰ ਕਰਦੇ ਹਨ ਤਾਂ ਸੱਜਾ ਪੈਰ ਜਾ ਕੇ ਪੂਰੀ ਗੱਜ ਕੇ ਫਤਿਹ ਗਜਾਉਂਦੇ ਹਨ, ਬਲੇ ਸੋਨ ਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡਦੇ ਹਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਸਾਹਿਬਜ਼ਾਦਿਆਂ ਨੂੰ ਦੇਖ ਕੇ ਸਾਰੀ ਕਚਹਿਰੀ ਕਹਿੰਦੇ ਹਿੱਲ ਜਾਂਦੀ ਹੈ ਕਿ 7 ਸਾਲ ਦੀ ਉਮਰ ਅਤੇ 9 ਸਾਲ ਦੀ ਉਮਰ 'ਚ ਇੰਨੀ ਡਰੇਰੀ ਇੰਨੇ ਨਿਡਰ ਹੌਂਸਲੇ ਵਾਲੇ ਜਿਹੜੇ ਸਾਹਿਬਜ਼ਾਦੇ ਸਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਵਜ਼ੀਰ ਖਾਨ ਕਹਿੰਦਾ ਬੱਚਿਓ ਤੁਸੀਂ ਜਿੱਦ ਛੱਡ ਦਿਓ ਅਤੇ ਜਿਹੜਾ ਸਾਡਾ ਇਸਲਾਮ ਧਰਮ ਕਬੂਲ ਕਰ ਲਓ, ਸਿੱਖੀ ਧਰਮ ਛੱਡ ਦਿਓ। ਬੱਚੇ ਬੋਲੇ ਕਿ ਵਜ਼ੀਰ ਖਾਨ ਤੂੰ ਸਾਡਾ ਸਿਰ ਤਾਂ ਕਲਮ ਕਰ ਸਕਦਾ ਧੜ ਨਾਲੋਂ ਪਰ ਸਾਨੂੰ ਈਦ ਨਹੀਂ ਮਨਾ ਸਕਦਾ। ਕਹਿੰਦਾ ਉਹਨੇ ਬੜੇ ਲਾਲਚ ਦਿੱਤੇ, ਕਹਿੰਦੇ ਤੁਹਾਡੇ ਪਿੰਡਾਂ ਦੇ ਪਿੰਡ ਜਾਇਦਾਦਾਂ ਨਾਂ ਲਵਾ ਦਿੱਤੀਆਂ ਜਾਣਗੀਆਂ, ਤੁਹਾਨੂੰ ਸੋਹਣੇ ਸੋਹਣੇ ਰਾਣੀਆਂ ਨਾਲ ਵਿਆਹ ਕਰ ਦਿੱਤੇ ਜਾਣਗੇ, ਤੁਹਾਨੂੰ ਐਸ ਪ੍ਰਸਤੀ ਜੋ ਤੁਸੀਂ ਕਹੋਗੇ ਤੁਹਾਡਾ ਕਹਿਣਾ ਮੰਨਿਆ ਜਾਏਗਾ, ਪਰ ਤੁਸੀਂ ਜਿੱਦ ਛੱਡ ਦਿਓ। ਪਰ ਬੱਚੇ ਈਨ ਤੋਂ ਮੀਨ ਨਹੀਂ ਮੰਨੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਕਹਿੰਦੇ 11 ਪੋਹ ਨੂੰ ਫਿਰ ਠੰਡਾਪੁਰ ਸਾਹਿਬ ਆਉਂਦੇ ਹਨ, ਦਾਦੀ ਨੂੰ ਆ ਕੇ ਸਾਰੀ ਵਾਰਤਾ ਸੁਣਾਉਂਦੇ ਹਨ। ਦਾਦੀ ਨੇ ਕਿਹਾ ਬੱਚਿਓ ਡੋਲਣਾ ਨਹੀਂ, ਤੁਹਾਡੇ ਦਾਦੇ ਨੇ ਹਿੰਦ ਧਰਮ ਦੀ ਖਾਤਰ ਲਈ ਆਪਣਾ ਸੀਸ ਬਲੀਦਾਨ ਕਰ ਦਿੱਤਾ, ਤੁਸੀਂ ਵੀ ਜੋ ਵਜ਼ੀਰ ਖਾਨ ਕਹੇਗਾ ਤੁਸੀਂ ਉਸਦਾ ਡਟ ਕੇ ਜਵਾਬ ਦੇਣਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਕਹਿੰਦੇ 12 ਪੋਹ ਨੂੰ ਫਿਰ ਕਚਹਿਰੀ ਲੱਗਦੀ ਹੈ, ਸਾਰੀ ਕਚਹਿਰੀ ਉਸੇ ਤਰ੍ਹਾਂ ਸਜਦੀ ਹੈ ਅਤੇ ਉੱਥੇ ਹੀ ਮਲੇਰਕੋਟਲੇ ਦਾ ਨਵਾਬ ਮੁਹੰਮਦ ਖਾਨ ਬੈਠਾ ਹੁੰਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਵਜ਼ੀਰ ਖਾਨ ਕਹਿੰਦਾ ਨਵਾਬ ਮੁਹੰਮਦ ਖਾਨ ਅੱਜ ਤੇਰੇ ਕੋਲ ਮਤਲਬ ਕਿ ਬਦਲਾ ਲੈਣ ਦਾ ਮੌਕਾ ਹੈ, ਤੇਰਾ ਭਰਾ ਗੁਰੂ ਗੋਬਿੰਦ ਸਿੰਘ ਨੇ ਜੰਗ ਵਿੱਚ ਸ਼ਹੀਦ ਕਰ ਦਿੱਤਾ ਸੀ, ਅੱਜ ਤੂੰ ਇਹਨਾਂ ਬੱਚਿਆਂ ਤੋਂ ਬਦਲਾ ਲੈ ਸਕਦਾ। ਨਵਾਬ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ, ਕਹਿੰਦਾ ਵਜ਼ੀਰ ਖਾਨ ਇਹ ਤੇਰੇ ਵਾਸਤੇ ਗਲਤ ਹੈ, ਇਹ ਛੋਟੇ ਛੋਟੇ ਬੱਚੇ ਮਾਸੂਮ ਗੁਰੂ ਗੋਬਿੰਦ ਸਿੰਘ ਦੇ ਇਹਨਾਂ ਦਾ ਕੀ ਕਸੂਰ ਹੈ, ਜੇ ਤੇਰੇ 'ਚ ਅਣਖ ਹੈ ਤੇਰੇ 'ਚ ਕੁਛ ਹੈ ਮੇਰੇ ਵਿੱਚ ਵੀ ਕੋਈ ਅਣਖ ਹੈ ਤਾਂ ਮੈਂ ਗੁਰੂ ਗੋਬਿੰਦ ਸਿੰਘ ਨਾਲ ਜਾ ਕੇ ਜੰਗ ਲੜਾਂਗਾ, ਪਰ ਇਹ ਗਲਤ ਹੈ, ਇਹ ਕੋਈ ਵੀ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਇਹਨਾਂ ਬੱਚਿਆਂ ਨਾਲ ਇਵੇਂ ਅੱਤਿਆਚਾਰ ਕੀਤਾ ਜਾਵੇ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਉਸਨੇ ਹਾਂ ਦਾ ਨਾਰਾ ਮਾਰਿਆ। ਫਿਰ ਸੁੱਚਾ ਆਨੰਦ ਬੋਲਿਆ ਕਿ ਬੱਚਿਓ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ। ਕਹਿਣ ਲੱਗੇ ਇੱਕ ਪਾਸੇ ਖਿਡੌਣੇ ਰੱਖ ਦਿੱਤੇ, ਇੱਕ ਪਾਸੇ ਸ਼ਸਤਰ ਸਜਾ ਦਿੱਤੇ, ਬੱਚੇ ਜਾ ਕੇ ਸ਼ਸਤਰਾਂ ਨੂੰ ਭੱਜੇ ਅਤੇ ਸ਼ਸਤਰ ਉਠਾ ਲਏ। ਕਹਿਣ ਲੱਗੇ ਵਜ਼ੀਰ ਖਾਨ ਜੇਕਰ ਤੂੰ ਸਾਨੂੰ ਛੱਡ ਦੇਗਾ ਤਾਂ ਅਸੀਂ ਆਪਣੇ ਭੈਣ ਭਰਾ ਜਾ ਕੇ ਇਕੱਠੇ ਕਰਾਂਗੇ, ਉਹਨਾਂ ਨੂੰ ਸ਼ਸਤਰ ਵਿਦਿਆ ਦਾਂਗੇ ਅਤੇ ਜਿਹੜਾ ਰਾਜ ਹੈ ਨਾ ਇਹਨੂੰ ਖਤਮ ਕਰ ਦਾਂਗੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਸੁੱਚਾ ਆਨੰਦ ਬੋਲਿਆ ਵਜ਼ੀਰ ਖਾਨ ਇਹ ਸੱਪ ਦੇ ਬੱਚੇ ਹਨ, ਜੇ ਇਹਨਾਂ ਨੂੰ ਦੁੱਧ ਪਿਲਾਏਗਾ ਤਾਂ ਇਹ ਜ਼ਹਿਰ ਉਗਣਗੇ। ਤਾਂ ਕਹਿੰਦੇ ਕਾਜ਼ੀ ਨੂੰ ਬੁਲਾਇਆ ਗਿਆ ਉਸ ਟਾਈਮ ਵੀ ਇਹਨਾਂ ਬੱਚਿਆਂ ਦਾ ਕੀ ਕੀਤਾ ਜਾਵੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਕਾਜ਼ੀ ਨੇ ਕਹਿੰਦਾ ਵਜ਼ੀਰ ਖਾਨ ਦੇ ਕਹਿਣ 'ਤੇ ਬੱਚਿਆਂ ਨੂੰ ਫਤਵਾ ਸੁਣਾ ਦਿੱਤਾ, 12 ਪੋਹ ਨੂੰ ਕਹਿੰਦੇ ਇਹਨਾਂ ਨੂੰ ਜਿੰਦਾ ਨੀਹਾਂ ਵਿੱਚ ਚਿਣ ਦਿੱਤਾ ਜਾਵੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਕਹਿੰਦੇ 12 ਪੋਹ ਨੂੰ ਫਿਰ ਬੱਚੇ ਠੰਡੇਪੁਰ ਜਾਂਦੇ ਹਨ, ਜਿਹੜਾ ਮੋਤੀ ਮਹਿਰਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਜਿਹੜਾ ਵਜ਼ੀਰ ਖਾਨ ਦਾ ਨੌਕਰ ਹੁੰਦਾ ਗੁਰੂ ਪਿਆਰੀ ਸਾਧ ਸੰਗਤ ਜੀਓ, ਉਸੇ ਦਿਲ ਵਿੱਚ ਪ੍ਰੇਮ ਜਾਗਿਆ। ਕਹਿੰਦਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਕਹਿੰਦੇ ਗੁਰੂ ਰੂਪ ਪਿਆਰੀ ਸਾਹਿਬ ਜਦੋਂ ਘਰੇ ਗਿਆ ਨਾ, ਕਹਿੰਦਾ ਰੋਟੀ ਨਹੀਂ ਅੰਦਰ ਲੰਘਦੀ ਸੀ, ਜਾ ਕੇ ਰੋਣ ਲੱਗ ਗਿਆ ਆਪਣੇ ਬੱਚਿਆਂ ਮਾਂ ਦੇ ਸਾਹਮਣੇ। ਕਹਿਣ ਲੱਗਾ ਮੋਤੀ ਤੈਨੂੰ ਅੱਜ ਕੀ ਹੋ ਗਿਆ ਪੁੱਤ? ਕਹਿਣ ਲੱਗੀ ਮਾਤਾ ਮੈਨੂੰ ਦੇਖਿਆ ਨਹੀਂ ਜਾਂਦਾ, ਛੋਟੇ ਛੋਟੇ ਬੱਚੇ ਗੁਰੂ ਗੋਬਿੰਦ ਸਿੰਘ ਦੇ, ਮਾਤਾ ਜੀ ਭੁੱਖੇ ਹਨ, 3 ਦਿਨ ਤੋਂ ਠੰਡੇ ਬੁਰਜ ਸਾਹਿਬ ਵਜ਼ੀਰ ਖਾਨ ਨੇ ਕੈਦ ਕਰ ਰੱਖੇ ਹਨ, ਮੈਂ ਉਹਨਾਂ ਲਈ ਕੁਝ ਕਰਨਾ ਚਾਹੁੰਦਾ। ਕਹਿੰਦਾ ਮੋਤੀ ਆਪਾਂ ਕੀ ਕਰ ਸਕਦੇ ਹਾਂ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ? ਕਹਿੰਦੇ ਗੜਵਾ ਦੁੱਧ ਦਾ ਭਰਿਆ ਮੋਤੀ ਨੇ ਅਤੇ ਆ ਕੇ ਇਸ ਠੰਡੇ ਬੁਰਜ ਸਾਹਿਬ ਆਪਣੇ ਸਾਰੇ ਗਹਿਣੇ ਗੱਟੇ ਲਿਆ ਕੇ ਲਾਲਚ ਦੇ ਕੇ ਸੇਵਾਦਾਰ ਨੂੰ ਇਸ ਠੰਡੇ ਬੁਰਜ 'ਚ ਆ ਕੇ ਕਹਿੰਦਾ ਬੱਚਿਆਂ ਅਤੇ ਮਾਤਾ ਨੂੰ ਦੁੱਧ ਚਕਾਇਆ। ਤਾਂ ਮਾਤਾ ਨੇ ਕਿਹਾ ਧੰਨ ਮੋਤੀ ਤੂੰ ਪੁੰਨ ਕਮਾਇਆ, ਲਾਲਾ ਤਾਈ ਤੂੰ ਦੁੱਧ ਪਿਆਇਆ, ਜਾ ਤੂੰ ਅਮਰ ਰਹੇਗਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਅੱਜ ਮੋਤੀ ਮਹਿਰੇ ਦਾ ਨਾਮ ਚੱਲਦਾ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਜਿਹੜਾ ਕਹਿੰਦਾ ਉਸਦਾ ਪਰਿਵਾਰ ਹੈ ਨਾ, ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਤਾਂ ਉਸਦਾ ਸਾਰਾ ਜਿਹੜਾ ਪਰਿਵਾਰ ਹੈ ਕੋਹਲੂ 'ਚ ਪੀੜ ਦਿੱਤਾ। ਦੇਖੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਇੱਕ ਦੁੱਧ ਦੀ ਇੰਨੀ ਸਜ਼ਾ। ਕਹਿੰਦੇ ਜਿਹਨੂੰ ਪ੍ਰੇਮ ਖੇਲਣ ਦਾ ਚਾਹੁੰਦਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਗੁਰੂ ਰੂਪ ਪਿਆਰ ਸਾਹਿਬ ਸੂਰਾ ਸੋ ਪਹਿਚਾਨੀ ਹੈ, ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਜਿਹੜੇ ਗੁਰੂ ਦੇ ਬਣ ਜਾਂਦੇ ਹਨ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਉਹਨਾਂ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਫਿਰ ਮਾਤਾ ਜੀ ਨੂੰ ਆ ਕੇ ਵਾਰਤਾ ਸੁਣਾਉਂਦੇ ਹਨ ਕਿ ਕੱਲ੍ਹ ਨੂੰ ਅਸੀਂ ਸ਼ਹੀਦ ਹੋ ਜਾਣਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਉਹ ਮਾਤਾ ਨੇ ਉਹਨਾਂ ਦੀਆਂ ਸੋਹਣੇ ਸੋਹਣੇ ਵਸਤਰ ਪਾਏ, ਕਲਗੀਆਂ ਸਜਾਈਆਂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ 13 ਪੋਹ ਨੂੰ ਜਾਂਦੇ ਹਨ ਬੱਚੇ, ਅਤੇ ਵਜ਼ੀਰ ਖਾਨ ਫਿਰ ਕਹਿੰਦਾ ਬੱਚਿਓ ਅਜੇ ਵੀ ਤੁਹਾਡੇ ਕੋਲ ਮੌਕਾ ਹੈ। ਜਿਹੜੇ ਤੁਹਾਡੇ ਭਰਾ ਹਨ ਨਾ, ਧੰਨ ਬਾਬਾ ਅਜੀਤ ਸਿੰਘ, ਧੰਨ ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਤੁਹਾਡਾ ਪਿਤਾ ਜਿਹੜਾ ਸ਼ਹੀਦ ਹੋ ਚੁੱਕਾ, ਤੁਸੀਂ ਹੁਣ ਵੀ ਮੰਨ ਲਓ ਇਸਲਾਮ ਧਰਮ ਕਬੂਲ ਕਰ ਲਓ, ਤੁਹਾਨੂੰ ਛੱਡ ਦਿੱਤਾ ਜਾਏਗਾ। ਬੱਚੇ ਕਹਿਣ ਲੱਗ ਗਏ, ਕਹਿੰਦੇ ਵਜ਼ੀਰ ਖਾਨ ਤੂੰ ਜਲਦੀ ਕਰ, ਸਾਡਾ ਦਾਦਾ ਸਾਨੂੰ ਡਿੱਗਦਾ, ਸਾਨੂੰ ਜਲਦੀ ਜਲਦੀ ਤੂੰ ਆਪਣਾ
ਸਾਡਾ ਜੋ ਕਰਨਾ ਕਰ ਲਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਕਹਿੰਦੇ ਹਨ ਨੀਹਾਂ ਉੱਪਰ ਚਲੀਆਂ ਗਈਆਂ, ਬੱਚਿਆਂ ਦਾ ਜਿਹੜਾ ਦਮ ਘੁੱਟਣ ਲੱਗਾ ਅਤੇ ਬੱਚੇ ਬੇਹੋਸ਼ ਹੋ ਕੇ ਡਿੱਗੇ ਅਤੇ ਨੀਹਾਂ ਵਿੱਚ ਸ਼ਹੀਦਾਂ ਆਪਣੀਆਂ ਜਿਹੜੀਆਂ ਉਸ ਗੁਰੂ ਪਿਆਰੇ ਨੂੰ ਪ੍ਰਾਪਤ ਹੋ ਗਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਅੱਜ ਆਪਾਂ ਨੂੰ ਇਹੀ ਇੱਥੋਂ ਫਿਰ ਉਸ ਤੋਂ ਉਪਰੰਤ ਕਹਿੰਦੇ ਹਨ ਮਾਤਾ ਜੀ ਨੂੰ ਜਦੋਂ ਪਤਾ ਲੱਗਾ ਠੰਡੇ ਬੁਰਜ ਸਾਹਿਬ ਕਿ ਬੱਚੇ ਸ਼ਹੀਦ ਹੋਦੇ ਹਨ, ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਮਾਤਾ ਨੇ ਇਸ ਠੰਡੇ ਬੁਰਜ ਵਿੱਚ ਚੋਲਾ ਛੱਡ ਦਿੱਤਾ ਅਤੇ ਜਿਹੜੇ ਉਹਨਾਂ ਦੇ ਸਰੀਰ ਹਨ ਗੁਰੂ ਰੂਪ ਪਿਆਰੀ ਸਾਹਿਬ ਅੱਧਾ ਕਿਲੋਮੀਟਰ ਸਾਹਮਣੇ ਹੀ ਵਿਮਾਨ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ ਸਰੀਰਾਂ ਨੂੰ ਸੁੱਟ ਦਿੱਤਾ। ਉਸ ਟਾਈਮ ਜੰਗਲ ਹੁੰਦਾ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਕਹਿੰਦੇ ਸ਼ੇਰ ਨੇ ਉੱਥੇ ਰਾਖੀ ਕੀਤੀ ਅਤੇ ਟੋਡਰ ਮਾਲ ਨੂੰ ਪਤਾ ਲੱਗਦਾ ਹੈ ਗੁਰੂ ਰੂਪ ਪਿਆਰੀ ਸਾਹਿਬ ਜੀ ਉਹ ਬਹੁਤ ਵੱਡਾ ਵਪਾਰੀ ਹੁੰਦਾ ਹੈ, ਉਹਨਾਂ ਨੂੰ ਗੁਰੂ ਨਾਲ ਬਹੁਤ ਪ੍ਰੇਮ ਸੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ ਗੁਰੂ ਘਰ ਦਾ ਸੇਵਕ ਸੀ, ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਨੂੰ ਮੰਨਣ ਵਾਲਾ ਗੁਰੂ ਰੂਪ ਪਿਆਰੀ ਸਾਧ ਸੰਗਤ ਭਗਤ ਸੀ। ਉਸਨੇ ਆ ਕੇ ਵਜ਼ੀਰ ਖਾਨ ਨੂੰ ਬੇਨਤੀ ਕੀਤੀ ਕਿ ਵਜ਼ੀਰ ਖਾਨ ਮੈਂ ਬੱਚਿਆਂ ਅਤੇ ਮਾਤਾ ਦਾ ਸੰਸਕਾਰ ਕਰਨਾ ਚਾਹੁੰਦਾ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ। ਤਾਂ ਵਜ਼ੀਰ ਖਾਨ ਬੋਲਿਆ ਤੂੰ ਕਰ ਸਕਦਾ ਪਰ ਜਿੰਨੀ ਵੀ ਧਰਤੀ ਹੈ ਤੈਨੂੰ ਖੜੀਆਂ ਮੋਹਰਾਂ ਕਰਕੇ ਖਰੀਦਣੀ ਪਏਗੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਇੱਥੋਂ ਕਿਲੋਮੀਟਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਹਿੰਦਾ ਟੋਡਰ ਮਾਲ ਨੇ ਉਸ ਵਕਤ ਆਪਣੀ ਸਾਰੀ ਪੂੰਜੀ ਦਾਅ 'ਤੇ ਲਗਾ ਕੇ ਉਸ ਟਾਈਮ ਖੜੀਆਂ ਮੋਹਰਾਂ ਕਰਕੇ ਅਰਬਾਂ ਖਰਬਾਂ ਦੀ ਧਰਤੀ ਆਲ ਵਰਲਡ ਦੀ ਜਿੰਨੀ ਵੀ ਸ੍ਰਿਸ਼ਟੀ ਮਾਲਕ ਨੇ ਸਾਜੀ ਹੈ ਸਭ ਤੋਂ ਮਹਿੰਗੀ ਧਰਤੀ ਖਰੀਦੀ ਗਈ ਉਸ ਟਾਈਮ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ। ਅਤੇ ਮੋਤੀ ਮਹਿਰਾ ਅਤੇ ਗੁਰੂ ਰੂਪ ਪਿਆਰੀ ਸਾਹਿਬ ਟੋਡਰ ਮਾਲ ਇੱਥੋਂ ਵਿਵਾਨ ਸਾਹਿਬ ਤੋਂ ਪਾਲਕੀ ਸਾਹਿਬ ਵਿੱਚ ਪਾ ਕੇ ਬੱਚਿਆਂ ਨੂੰ ਗੁਰੂ ਰੂਪ ਪਿਆਰੀ ਸਾਹਿਬ ਸਿੰਘ ਜੋਤੀ ਸਰੂਪ ਸਾਹਿਬ ਸੰਸਕਾਰ ਕੀਤੇ ਗਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ। ਅੱਜ ਸੱਚੀ ਸੁੱਚੀ ਸ਼ਰਧਾਂਜਲੀ ਸੰਗਤਾਂ ਦੇਣ ਆਉਂਦੀਆਂ ਠੰਡਾ ਬੁਰਜ ਸਾਹਿਬ ਇੱਕ ਮਹੀਨਾ ਜਿਹੜਾ ਪੋਹ ਦਾ ਮਹੀਨਾ ਆਪਣਾ ਸਾਰਾ ਸਰਬੰਸ ਗੁਰੂ ਗੋਬਿੰਦ ਨੇ ਵਾਰ ਦਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ ਸਾਨੂੰ ਪੁੱਤਰ ਆਖਿਆ। ਅੱਜ ਸੰਗਤਾਂ ਉਹਨਾਂ ਨੂੰ ਸੱਚੀ ਸੁੱਚੀ ਸ਼ਰਧਾਂਜਲੀ ਦੇਣ ਆਉਂਦੀਆਂ ਨੇ। ਗੁਰੂ ਪਿਆਰੀ ਸਾਹਿਬ ਇੱਕ ਪੋਹ ਦੇ ਮਹੀਨੇ 'ਚ ਕੋਈ ਵੀ ਵਿਆਹ ਸ਼ਾਦੀ ਨਹੀਂ ਕਰਦੇ, ਨਾ ਹੀ ਥੱਲੇ ਹੀ ਬਿਸਤਰੇ ਲਾ ਕੇ ਸੰਗਤਾਂ ਉਹਨਾਂ ਨੂੰ ਪ੍ਰੇਮ ਨਾਲ ਸੱਚੀ ਸੁੱਚੀ ਸ਼ਰਧਾਂਜਲੀਆਂ ਦਿੰਦੇ ਹਾਂ। ਸਾਡੇ ਵਾਸਤੇ ਵੀ ਸੱਚੀ ਸੁੱਚੀ ਸ਼ਰਧਾਂਜਲੀ ਹੈ ਕਿ ਜਿਹੜੇ ਕੇਸ ਹਨ ਗੁਰੂ ਦੀ ਮੋਹਰ ਹਨ ਇਹ ਅਸੀਂ ਕੇਸ ਨਹੀਂ ਕਟਾਉਣੇ, ਅੱਜ ਅਸੀਂ ਗੁਰੂ ਵਾਲੇ ਬਣਨਾ, ਗੁਰੂ ਰੂਪ ਪਿਆਰੀ ਸਾਹਿਬ ਅੰਮ੍ਰਿਤ ਛਕਣਾ। ਇਸ ਕਰਕੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਹੀ ਸੱਚੀ ਸੁੱਚੀ ਸ਼ਰਧਾਂਜਲੀ ਹੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਉਹ। ਇਤਿਹਾਸ ਆਉਂਦਿਆਂ ਹੋਇਆਂ ਦਾਸ ਕੋਲੋਂ ਗਲਤੀਆਂ ਭੁੱਲਾਂ ਮਾਫ ਕਰਨੀਆਂ। ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਗ੍ਰੰਥੀ ਸਿੰਘ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਇਸ ਇਤਿਹਾਸ ਬਾਰੇ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਹੈ। ਸੋ ਤੁਹਾਨੂੰ ਤਸਵੀਰ ਦਿਖਾ ਦਈਏ ਠੰਡਾ ਬੁਰਜ ਜਿੱਥੇ ਕਿ ਠਾਠਾ ਮਾਰਦਾ ਇਕੱਠ ਹੈ। ਸੋ ਸੰਗਤਾਂ ਦਾ ਠੰਡਾ ਬੁਰਜ ਦੇ ਕਿ ਸੰਗਤਾਂ ਜਿਹੜੀਆਂ ਨੇ ਉਹ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਇਹ ਉਹ ਧਰਤੀ ਹੈ ਜਿੱਥੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਇਹ ਠੰਡੇ ਬੁਰਜ ਦੇ ਵਿੱਚ ਜਿਹੜਾ ਕੈਦ ਕਰਕੇ ਰੱਖਿਆ ਗਿਆ ਸੀ। ਤਸੀਹੇ ਚੱਲੇ, ਮੋਹਰਾਂ ਵੀ ਦਿੱਤੀਆਂ ਗਈਆਂ, ਬਹੁਤ ਜਿਹੜਾ ਲਾਲਚਾਂ ਦਿੱਤੀਆਂ ਗਈਆਂ, ਪਰ ਉਹਨਾਂ ਨੇ ਜਿਹੜਾ ਈਨ ਜਿਹੜੀ ਆ ਉਹ ਕਬੂਲ ਨਹੀਂ ਕੀਤੀ। ਤਾਂ ਅੱਜ ਜਿਹੜੀ ਆ ਦੁਨੀਆ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਜਿਹੜੀ ਆ ਉਹ ਇੱਥੇ ਨਤਮਸਤਕ ਹੋ ਰਹੀ ਹੈ, ਉਹਨਾਂ ਨੂੰ ਸਿੱਧਾ ਕਰ ਰਹੀ ਹੈ, ਉਹਨਾਂ ਨੂੰ ਸਲਾਮ ਕਰ ਰਹੀ ਹੈ। ਸੋ ਚੜ੍ਹਦੀ ਕਲਾ ਟਾਈਮ TV ਦੇ ਮਾਧਿਅਮ ਦੇ ਰਾਹੀਂ ਅਸੀਂ ਸੰਗਤਾਂ ਨੂੰ ਜਿਹੜਾ ਹੈ ਘਰ ਬੈਠੇ ਜਿਹੜੀਆਂ ਸੰਗਤਾਂ ਨੇ ਉਹ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰ ਸਕਦੀਆਂ ਨੇ। ਸੋ ਇੱਥੇ ਦੂਰ ਦੁਰਾਡੇ ਤੋਂ ਜਿਹੜੇ ਸ਼ਹਿਰ ਨੇ ਉਹ ਉੱਥੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਜਿਹੜੇ ਨਗਰ ਕੀਰਤਨ ਨੇ ਉਹ ਵੀ ਆਉਂਦੇ ਨੇ। ਸੋ ਤੁਹਾਨੂੰ ਦਰਸ਼ਨ ਕਰਵਾ ਦਈਏ ਕਿਉਂਕਿ ਹਰ ਇੱਕ ਸ਼ਹਿਰ ਦੇ ਜਿਹੜਾ ਨਗਰ ਕੀਰਤਨ ਆ ਉਹ ਸਜਾਇਆ ਜਾਂਦਾ, ਨਿਹੰਗ ਸਿੰਘ ਜਥੇਬੰਦੀਆਂ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਜਿਹੜੀਆਂ ਇੱਥੇ ਨੇ ਪਹੁੰਚਦੀਆਂ ਨੇ। ਸੋ ਤਸਵੀਰ ਤੁਸੀਂ ਦੇਖਦੇ ਹੋ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਹੈ ਉਹ ਵੀ ਇੱਥੋਂ ਜਿਹੜਾ ਪਹੁੰਚਿਆ ਕਿਉਂਕਿ ਵੱਖ ਵੱਖ ਸ਼ਹਿਰਾਂ ਦੇ ਵਿੱਚੋਂ ਜਿਹੜਾ ਨਗਰ ਕੀਰਤਨ ਵੀ ਕੱਢੇ ਜਾਂਦੇ ਨੇ ਤਾਂ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਿਹੜੀਆਂ ਸੰਗਤਾਂ ਨੇ ਉਹ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਅਤੇ ਗੁਰੂ ਸਾਹਿਬ ਦਾ ਜਿਹੜਾ ਆਸ਼ੀਰਵਾਦ ਆ ਉਹ ਪ੍ਰਾਪਤ ਕਰਦੀਆਂ ਨੇ।